गुड मॉर्निंग स्टूडेंट्स हां जी बेटा पार्ट 19 नेताजी सुभाष चंद्र बोस लेसन ਤੁਸੀਂ ਰੀਡ ਵੀ ਕਰ ਚੁੱਕਿਓ ਔਰ ਇਹਦਾ ਬੁੱਕਵਰਕ ਵੀ ਕੰਪਲੀਟ ਕਰ ਚੁੱਕਿਓ ਠੀਕ ਹੈ ਅੱਜ ਅਸੀਂ ਇਹਦੀ ਕਰਾਂਗੇ ਕੁਐਸਚਨ ਤਾਂ ਇਹਦਾ ਫਰਸਟ ਪ੍ਰਸ਼ਨ ਹੈ ਬੇਟਾ ਨੇਤਾਜੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਕਿੱਥੇ ਗਏ ਸਨ ਤਾਂ ਫਰਸਟ ਕੁਐਸਚਨ ਦਾ ਆਨਸਰ ਆਏਗਾ ਨੇਤਾਜੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਸਨ 1919-199 ਵਿੱਚ 1919 ਈਸਵੀ ਵਿੱਚ ਇੰਗਲੈਂਡ ਗਏ ਸਨ ਨੇਤਾ ਜੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਸਨ 1919 ਈਸਵੀ ਵਿੱਚ ਇੰਗਲੈਂਡ ਗਏ ਸਨ ਇੰਗਲੈਂਡ ਵਿੱਚ ਉਹਨਾਂ ਨੇ ਕਿਹੜਾ ਇਮਤਿਹਾਨ ਪਾਸ ਕੀਤਾ ਇੰਗਲੈਂਡ ਵਿੱਚ ਨੇਤਾ ਜੀ ਨੇ ਇੰਡੀਅਨ ਸਿਵਲ ਸਰਵਿਸ ਦਾ ਇਮਤਿਹਾਨ ਪਾਸ ਕੀਤਾ ਕਿਹੜਾ ਇਮਤਿਹਾਨ ਪਾਸ ਕੀਤਾ ਸੀ ਸਿਵਲ ਸਰਵਿਸ ਦਾ ਇੰਡੀਅਨ ਸਿਵਲ ਸਰਵਿਸ ਦਾ ਇਮਤਿਹਾਨ ਪਾਸ ਕੀਤਾ ਨੇਤਾ ਜੀ ਨੇ ਕਿਹੜੀ ਫੌਜ ਦਾ ਗਠਨ ਕੀਤਾ ਨੇਤਾ ਜੀ ਨੇ ਨੌਜਵਾਨ ਦਲ ਦਾ ਗਠਨ ਕੀਤਾ ਕਿਹੜੀ ਫੌਜ ਦਾ ਉਹਨਾਂ ਨੇ ਨੌਜਵਾਨ ਨੌਜਵਾਨ ਦਲ ਨਾਮ ਦੀ ਫੌਜ ਦਾ ਗਠਨ ਕੀਤਾ ਸਿੱਧ ਕਰੋ ਕਿ ਸੁਭਾਸ਼ਚੰਦਰ ਬੋਸ ਦੇ ਅੰਦਰ ਅਣਖ ਅਤੇ ਦੇਸ਼ ਭਗਤੀ ਕੁੱਟਕੁੱਟ ਕੇ ਭਰੀ ਹੋਈ ਸੀ ਸਵਤੰਤਰਤਾ ਸੰਗਰਾਮ ਵਿੱਚ ਸ਼ਾਮਿਲ ਹੋਣ ਲਈ ਉਹਨਾਂ ਨੇ ਸ਼ਾਮਿਲ ਹੋਣ ਲਈ ਉਹਨਾਂ ਨੇ ਆਪਣੀ ਜਿਹੜੀ ਨੌਕਰੀ ਸੀ ਉਹ ਤਿਆਗ ਦਿੱਤੀ ਸੀ ਠੀਕ ਹੈ ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਅੰਦਰ ਦੇਸ਼ ਭਗਤੀ ਸੀ ਠੀਕ ਹੈ ਫਿਰ ਉਹਨਾਂ ਨੇ ਆਜ਼ਾਦ ਹਿੰਦ ਫੌਜ ਨੂੰ ਜਥੇਬੰਦ ਕੀਤਾ ਉਹਨਾਂ ਨੇ ਆਪਣੇ ਸੈਨਿਕਾਂ ਨੂੰ ਇਹ ਕਿਹਾ ਕਿ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ ਉਹਨਾਂ ਦਾ ਮਤਲਬ ਇਹ ਸੀ ਕਿ ਜੇ ਆਪਾਂ ਕੁਝ ਕੁਰਬਾਨੀਆਂ ਦੇਵਾਂਗੇ ਤਾਂ ਹੀ ਦੇਸ਼ ਨੂੰ ਆਜ਼ਾਦੀ ਮਿਲੇਗੀ ਠੀਕ ਹੈ ਸੁਭਾਸ਼ ਚੰਦਰ ਨੇ ਇੰਡੀਅਨ ਸਿਵਲ ਸਰਵਿਸਿਜ਼ ਤੋਂ ਤਿਆਗ ਕਿਉਂ ਦਿੱਤਾ ਕਿਉਂਕਿ ਸੁਤੰਤਰਤਾ ਸੰਗਰਸ਼ ਵਿੱਚ ਸ਼ਾਮਲ ਹੋਣ ਲਈ ਉਹਨਾਂ ਨੇ ਆਪਣੀ ਨੌਕਰੀ ਨੂੰ ਛੱਡ ਦਿੱਤਾ ਠੀਕ ਹੈ ਉਹਨਾਂ ਨੇ ਆਪਣੀ ਇੰਡੀਅਨ ਸਿਵਲ ਸਰਵਿਸਿਜ਼ ਨੂੰ ਤਿਆਗ ਪੱਤਰ ਤੋਂ ਤਿਆਗ ਪੱਤਰ ਇਸ ਲਈ ਦਿੱਤਾ ਸੀ ਕਿਉਂਕਿ ਉਹਨਾਂ ਨੇ ਸੁਤੰਤਰਤਾ ਸੰਗਰਸ਼ ਵਿੱਚ ਸ਼ਾਮਿਲ ਹੋਣਾ ਸੀ ਠੀਕ ਹੈ ਬੇਟਾ ਇਹ 5 ਕੁਐਸਚਨ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਨੋਟ ਵੀ ਕਰ ਲੈਣਾ ਔਰ ਲਰਨ ਵੀ ਕਰ ਲੈਣਾ ਠੀਕ ਹੈ ਬੇਟਾ ਲਰਨ ਕੁਐਸਚਨ ਜ਼ਰੂਰ ਕਰਨੇ ਆ ਨਾਲ ਨਾਲ ਓਕੇ ਥੈਂਕ ਯੂ